ਨਾਜਾਇਜ਼ ਸਬੰਧਾਂ ਦੇ ਚੱਲਦੇ ਇੱਕ ਟਰੱਕ ਦੇ ਡਰਾਈਵਰ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੱਸਦੇ ਕਿ ਇਸ ਟਰੱਕ ਦੇ ਡਰਾਈਵਰ ਦੇ ਆਪਣੀ ਹੀ ਭਾਬੀ ਦੇ ਨਾਲ ਨਾਜਾਇਜ਼ ਸਬੰਧ ਸਨ ਤੇ ਫਿਰ ਭਾਬੀ ਤੇ ਉਸਦੇ ਪੁੱਤਰ ਨੇ ਮਿਲ ਕੇ ਆਪਣੇ ਇੱਕ ਹੋਰ ਪ੍ਰੇਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਖੁਦ ਹੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਜਦੋਂ ਇਸ ਔਰਤ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਹ ਸਾਰਾ ਮਾਮਲਾ ਸਾਹਮਣੇ ਆਇਆ। ਇੱਕ ਤਰੀਕੇ ਦੇ ਨਾਲ ਪੂਰਾ ਭੇਤ ਖੁੱਲ੍ਹ ਗਿਆ। ਮਾਮਲਾ ਖੇਮ ਕਰਨ ਦੇ ਕਸਬਾ ਭਿੱਖੀ ਵਿੱਢ ਤੋਂ ਸਾਹਮਣੇ ਆਇਆ। ਦੱਸਦੇ ਕਿ ਇਸ ਕਤਲ ਦੀ ਸ਼ਿਕਾਇਤ ਆਰੋਪੀ ਭਾਬੀ ਦੇ ਵੱਲੋਂ ਹੀ ਦਿੱਤੀ ਗਈ ਸੀ। ਕਹਾਣੀ ਇਹ ਬਣਾਈ ਗਈ ਕਿ ਕਿਸੇ ਨੇ ਉਸਦੇ ਦਿਓਰ ਦਾ ਕਤਲ ਕਰ ਦਿੱਤਾ। ਪੁਲਿਸ ਨੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ, ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਭਾਬੀ, ਉਸਦਾ ਪੁੱਤਰ ਔਰ ਇਸ ਭਾਬੀ ਦੇ ਕਿਸੇ ਹੋਰ ਦੇ ਨਾਲ ਵੀ ਨਾਜਾਇਜ਼ ਸੰਬੰਧ ਸਨ। ਉਸਦੀ ਮਿਲੀਭੁਗਤ ਦੇ ਨਾਲ ਇੱਕ ਟਰੱਕ ਡਰਾਈਵਰ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਦੇ ਵਿੱਚ ਮਨਜੀਤ ਕੌਰ ਤੇ ਉਸਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਬਾਕੀਆਂ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ? ਕੀ ਨਾਮ ਹੈ ਇਹਨਾਂ ਦਾ ਵੀਰ ਦਾ? ਸਤਨਾਮ। ਸਤਨਾਮ ਸਿੰਘ। ਕਿੰਨੇ ਕੁ ਦਾ ਟਾਈਮ ਰਿਹਾ ਰਾਤ ਵਾਲਾ ਤੁਸੀਂ ਦੱਸਣ ਦੇ? 12 ਵਜੇ। ਤੇ ਜਿਹੜਾ ਮਤਲਬ ਕਿ ਤੁਸੀਂ ਦੱਸਣ ਦੇ ਘਟਿਆ ਕਿ ਬੰਦੇ ਪਏ, ਮਤਲਬ ਕਿ ਤੁਸੀਂ ਦੱਸਣੇ ਦਾਤਰ ਦੂਤਰ ਵੀ ਮਾਰੇ, ਕਿਸ ਜਗ੍ਹਾ ਤੇ ਮਾਰੇ ਇਹਨਾਂ ਨੇ? ਇਹਨਾਂ ਨੇ ਸਿਰ 'ਚ ਮਾਰੇ ਬਸ ਟੇਡ ਦੇ। ਕਿੰਨੇ ਜਣੇ ਆਏ ਸੀ ਉਹ? 5 ਜਣੇ। ਤੇ ਕੋਈ ਕਾਰਨ ਦੱਸਿਆ ਉਹਨਾਂ ਨੇ ਵੀ ਕਿਉਂ ਅਸੀਂ ਮਾਰ ਰਹੇ ਹਾਂ ਦਾਤਰ, ਜਾਂ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ? ਸਾਡੀ ਕੁੜੀ ਦਾ ਚੱਕਰ ਆ, ਸਾਡੀ ਕੁੜੀ ਨਾਲ ਗੱਲ ਕਰਦਾ ਨੇ, ਕੁੜੀ ਲਿਆਂਦੀ ਅੱਜ 3-4 ਦਿਨ। ਕੁੜੀ ਦਾ ਪਤਾ ਤੁਹਾਨੂੰ ਕਿੱਥੋਂ ਦੀ? ਮੈਨੂੰ ਨਹੀਂ, ਛੋਟੀ ਨੂੰ ਨਹੀਂ ਪਤਾ, ਮੈਨੂੰ ਨਹੀਂ ਇੰਨਾ ਗੱਲ ਦਾ ਪਤਾ। ਇਹ ਤੁਸੀਂ ਉਹ ਜਗ੍ਹਾ ਵਿਖਾਓਗੇ ਜਿੱਥੇ ਬੈਠੇ ਨੇ ਦਾਤਰ ਮਾਰੇ? ਜਗ੍ਹਾ ਤੋਂ ਸੋਫੇ ਤੇ ਬੈਠੇ ਹੋਣ। ਦਿਖਾਓ। ਹਾਂਜੀ, ਅੱਛਾ ਬੈਠਾ ਕਰ ਲਾਉਂਗੇ ਅਸੀਂ। ਤੁਹਾਡੇ ਕਹਿਣ ਮੁਤਾਬਕ ਇੱਥੇ ਬੈਠਾ ਜਿਹੜਾ ਸਤਨਾਮ ਸਿੰਘ ਪੈਗ ਲਾ ਰਿਹਾ ਸੀ, ਜਿਹੜੇ 5 ਵਿਅਕਤੀ ਆਏ ਮੂਛਰ ਬੰਨ ਕੇ, ਉਹਨਾਂ ਦੇ ਉੱਪਰ ਦਾਤਰਾ ਨਾਲ ਹਮਲਾ ਕੀਤਾ। ਕੋਈ ਇੱਥੇ ਬਲੱਡ ਵਗੈਰਾ, ਕੋਈ ਖੂਨ ਖਾਨ ਦੇ ਕੋਈ ਛਿੱਟੇ ਜਾਂ ਕੋਈ ਹੈਗਾ ਕਿਤੇ? ਜਦੋਂ ਇਹ ਵਾਰਦਾਤ ਹੋਈ ਸੀ ਤੁਸੀਂ ਘਰੇ ਕਿੰਨੇ ਜੀ ਸੀ? ਤੇ ਇਸ ਜਦੋਂ ਇਹ ਵਾਰਦਾਤ ਹੋਈ ਤੁਸੀਂ ਕੋਈ ਲਾਗੇ ਆਂਢ ਗੁਆਂਢ ਜਾਂ ਤੁਸੀਂ ਕੋਈ ਰੌਲਾ ਨਹੀਂ ਪਾਇਆ ਕੋਈ ਇਹਨੂੰ ਫੋਨ? ਤੇ ਤੁਸੀਂ ਫੋਨ ਵਗੈਰਾ ਜਿਹੜਾ ਤੁਹਾਡਾ ਕੋਈ ਕਿਹਨੂੰ ਕੀਤਾ ਨਹੀਂ ਫੋਨ, ਕੋਈ ਪੁਲਿਸ ਸਟੇਸ਼ਨ ਜਾਂ? ਇੱਕ ਤੁਸੀਂ ਦੱਸਣ ਦੇ ਤੁਹਾਨੂੰ ਅੰਦਰ ਤਾੜ ਕੇ ਨਾ ਬਾਹਰੋਂ ਲੌਕ ਵੀ ਕਰ ਦਿੱਤਾ ਸੀਗਾ, ਉਹ ਤੁਸੀਂ ਫਿਰ ਦੁਬਾਰਾ ਕਿਸ ਤਰ੍ਹਾਂ ਬਾਹਰ ਨਿਕਲੇ? ਬਾਹਰ ਲੌਕ ਨੂੰ ਖਿੱਚ ਕੇ ਕੁੰਡੀ ਦੇ ਬਲਾਕ ਇੱਥੋਂ ਖਾਤੀ। ਇਹਦੇ 'ਚ ਕੱਲ੍ਹ ਇੱਕ ਸਵੇਰੇ ਇਤਲਾਹ ਮਿਲੀ ਸੀ ਜੀ ਕਿ ਕਤਲ ਹੋ ਗਿਆ, ਔਰ ਉਹਦੀ ਇਤਲਾਹ ਦੇ ਉੱਤੇ ਜਦੋਂ ਮੌਕੇ 'ਤੇ SHO ਅਤੇ DSP ਸਾਹਿਬ ਜਾਂਦੇ ਆ ਉੱਥੇ, ਮੌਕਾ ਦੇਖਦੇ ਆ, ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ, ਉਹਦੀ ਭਰਜਾਈ ਨੇ ਆਪਣੇ ਬਿਆਨ 'ਚ ਇਹ ਲਿਖਾਇਆ ਸੀ ਕਿ ਸਾਡੇ ਘਰ ਰਾਤੀ 12 ਵਜੇ ਦੇ ਕਰੀਬ 4-5 ਬੰਦੇ ਆਉਂਦੇ ਆ, ਔਰ ਦਾਤਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ, ਉਹਨਾਂ ਨੇ ਆਉਂਦੇ ਹੀ ਮਾਰਕੁੱਟ ਵੀ ਸ਼ੁਰੂ ਕਰਤੀ, ਔਰ ਉੱਚੀ ਉੱਚੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ, ਤੂੰ ਟਰੱਕਾਂ ਦੇ ਲਈ ਫਿਰਦਾ, ਚੰਗੇ ਭਲੇ ਅਸੀਂ ਖਾਨਦਾਨੀ ਬੰਦੇ ਹਾਂ ਤਾਂ ਤੂੰ ਸਾਡੀ ਕੁੜੀ ਲਈ ਫਿਰਦਾ, ਅਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ, ਉਹਨਾਂ ਲੈ ਗਏ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਅਤੇ ਬਾਹਰ ਜਾ ਕੇ ਮਾਰਤਾ। ਉਹਦੀ ਡੈੱਡ ਬੋਡੀ ਘਰ ਤੋਂ 200-400 ਮੀਟਰ 'ਤੇ ਮਿਲੀ। ਉਹਦੀ ਜੋ ਉਹਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੁਮਰੇ ਦੇਖੇ ਤਾਂ ਉਹਦੇ 'ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵੱਲ ਅਤੇ ਉਹਦੇ ਮੁੰਡੇ ਵੱਲ ਗਈ। ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਛ ਦੱਸਤਾ
ਵੀ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਲਕਾਤ ਸੀਗੇ ਆਪਣੇ ਦਿਓਰ ਨਾਲ ਅਤੇ ਇੱਕ ਹੋਰ ਬੰਦੇ ਨਾਲ ਤਲਕਾਤ ਸੀਗੇ। ਤਾਂ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਅਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਬਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਰਹਿੰਦੀ ਹੈ, ਜਦੋਂ ਕਿ ਉਹਦੇ ਵੀ ਨਜਾਇਜ਼ ਸੰਬੰਧ ਸੀ। ਤਾਂ ਇਹਨਾਂ ਨੇ ਜਿਹੜੀ ਆ ਇਹ ਸਾਜਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਨਾਮ ਦਾ ਔਰ ਸਟੋਰੀ ਇਹ ਬਣਾ ਦਿੱਤੀ ਗੁੰਮਰਾਹ ਕਰਨ ਵਾਸਤੇ ਕਿ ਇਹ ਜੇ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਵ ਸੀਗਾ ਉਹਨਾਂ ਨੇ ਆ ਕੇ ਮਾਰਤਾ। ਕਿੰਨੇ ਜਣਿਆਂ ਦੇ ਪਰਚਾ ਦਰਜ ਹੋਇਆ? ਟੋਟਲ ਪਰਚਾ ਛੇ ਜਣੇ ਜੀ। ਕਿੰਨੇ ਕਾਬੂ ਕੀਤੇ ਜੀ ਹੁਣ ਤੱਕ? ਤਾਂ ਜੀ ਇਹ ਮੁੰਡਾ ਅਤੇ ਉਹਦੀ ਮਾਂ ਦੋ ਜਣੇ। ਇੱਕ ਤਰੀਕ ਤੱਕ, ਇੱਕ ਮਾਰਚ ਤੱਕ ਪੁਲਿਸ ਨਹੀਂ, ਮੁੰਡੇ ਦਾ ਫਾਦਰ ਤਾਂ ਟਰੱਕ ਡਰਾਈਵਰ ਸੀ, ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜਾਇਜ਼ ਸੰਬੰਧ ਸੀਗੇ ਇਹਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੇ। ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸੰਬੰਧ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਬਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਹੈ। ਤਾਂ ਉਸ ਕਰਕੇ ਇਹਨਾਂ ਦੀ ਆਪਸ 'ਚ ਖਹਿਬਾਜ਼ੀ ਚੋਦਾ ਜਿਹੜਾ।